ਪਹਿਲੀ ਵੀਡੀਓ 'ਚ ਮੈਂ ਕਰਲੀ ਹੇਅਰਸ ਨਾਲ ਵੀਡੀਓ ਕਰਨੀ ਹੈ। ਅਰੁਣ ਇਜ਼ ਅ ਵੈਰੀ ਗੁੱਡ ਆਰਟਿਸਟ ਹੇਅਰ ਡਰੈਸਰ ਐਂਡ ਡੂਇੰਗ ਵੈਰੀ ਗੁੱਡ। ਸੋ ਸੀ ਯੂ ਔਨ ਦ ਸੈਟਸ। ਡਨ ਵਿਦ ਦ ਚਾਹ। ਇੱਧਰਲੇ ਦਾੜੀ ਚੱਕਰ ਪਿਆ ਹੋਵੇ, ਇਹ ਪੂਰੀ ਦੁਨੀਆ ਜਿੱਥੇ ਮਰਜ਼ੀ ਚੱਲ ਜਾਵੇ ਇਹਦੀ ਦਾੜੀ ਖਰਾਬ ਹੋਣੀ ਹੋਣੀ ਹੈ। ਆਪ ਕਰ ਰਿਹਾ ਭਾਜੀ, ਬੰਦਾ ਐਡਾ ਵੱਡਾ ਇਹਨੂੰ ਕੋਲ ਖੜਾ ਕਰਕੇ ਦਿੱਤਾ, ਐਡਾ ਮਹਾਨ ਕਲਾਕਾਰ, ਪਰ ਇਹ ਅੱਜ ਕਲਾਸਿਸ ਦੇ ਰਿਹਾ ਇਹਨੂੰ। ਅੰਤਾਲਿਆ ਆਫਟਰ ਹੇਅਰ ਕੱਟ ਅਤੇ ਦਾੜੀ। ਅੰਤਾਲਿਆ ਦੀਆਂ ਸੜਕਾਂ, ਮੈਨੂੰ ਬਹੁਤ ਸੋਹਣਾ ਲੱਗ ਰਿਹਾ ਸ਼ਹਿਰ, ਹੈ ਨਾ? ਮੈਨੂੰ ਕਿੱਦਾਂ ਲੱਗਿਆ? ਬਹੁਤ ਅੱਛਾ, ਮੈਨੂੰ ਤਾਂ ਘੈਂਟ ਲੱਗਿਆ ਸ਼ਹਿਰ। ਬੜੀ ਸੋਹਣੀ ਵਾਈਬ ਆ, ਪਾਮ ਟ੍ਰੀਜ਼ ਆ, ਆਈ ਥਿੰਕ ਸੰਤਰੇ ਲੱਗੇ ਹੋਏ ਆ। ਉੱਥੋਂ ਅਸੀਂ ਖਾਣ ਚੱਲੇ ਹਾਂ, ਮੈਨੂੰ ਪਤਾ ਲੱਗਿਆ ਉੱਥੇ ਦਾ ਫੂਡ ਬਹੁਤ ਸਵਾਦ ਆ। ਉਹ ਪੁਲੀਆ ਤੋਂ ਲੈਂਦੇ ਹਾਂ ਅੱਗੇ, ਅਤੇ ਕੀ ਖਾਣਾ? ਕੁਛ ਦੇਖ, ਮੈਂ ਤਾਂ ਆਮਲੇਟ ਖਾਊਂਗਾ। ਸਾਹਮਣੇ ਸਾਡਾ ਘਰ ਆ, ਇੱਥੇ ਅਸੀਂ ਖਾਣਾ ਆ। Very good place. Hanji? Hanji? Yes, sir. Focus karo. Jaldi paas hai auto. ਬੋਲੋ, ਮਿਕਸ ਕਾਬੂ ਕੌਨਲੀ, ਪੈਪਰੋਨੀ, ਆਪਣੇ ਫਰਾਈ ਅਗੇਨ। ਪਰਫੈਕਟੋ। ਨਹੀਂ, ਪਿੱਛੇ ਜਿਹੜੀ ਸਕੂਲ ਤੋਂ ਪਿੱਛੇ ਵਾਲੀ ਗਲੀ, ਆਹ ਆਟੋ ਪਾਰਕ ਜਾਂਦੀ ਪਈ ਆ। ਅੱਜ ਸਾਡਾ ਡੇ 2 ਆ, ਅਤੇ ਇੱਥੇ ਅਸੀਂ ਸ਼ੂਟ ਕਰਾਂਗੇ। ਦੇਖਿਆ ਵੇਖੀ, ਸਾਹਾਂ ਨੂੰ ਵੀ ਕਾਫੀ ਚੱਕਰੋ ਸਿੱਖਦਾ ਨਜ਼ਰ ਨਾ ਦੇ ਤੇਰੇ।
ਲਓ ਜੀ ਸਾਡਾ ਸ਼ੂਟ ਗਿਆ ਮੁੱਕ, ਕੱਲ ਨੂੰ ਵਾਪਸੀ ਆਇਆ ਅਤੇ ਹੁਣ ਅਸੀਂ ਚੱਲੇ ਹਾਂ ਡਿਨਰ ਕਰਨ ਅਤੇ ਸਾਰਾ ਗੈਂਗ ਕੋਈ ਨਹਾ ਰਿਹਾ ਕੋਈ ਕੁਛ ਕਰ ਰਿਹਾ ਪਤਾ ਨਹੀਂ। ਲਓ ਜੀ ਅਸੀਂ ਪਹੁੰਚ ਗਏ ਹਾਂ ਇਸਤਾਨਬੁਲ, ਇੰਡੀਆ ਦੀ ਫਲਾਈਟ ਆ, 7 ਘੰਟਿਆਂ ਬਾਅਦ ਅਸੀਂ ਪਹਿਲਾਂ ਹੀ ਆ ਕੇ ਬਹਿ ਗਏ। ਹੁਣ ਇੱਥੋਂ ਏਅਰਪੋਰਟ ਚੇਂਜ ਕਰਨਾ ਤਾਂ ਪੌਣਾ ਘੰਟਾ ਉਹਨੂੰ ਲੱਗਣਾ ਕਿ ਫਿਰ ਸ਼ਾਮ ਨੂੰ ਚੜ੍ਹਾਂਗੇ ਅਤੇ ਭਾਰਤ ਦੀ ਧਰਤੀ 'ਤੇ ਉਤਰਾਂਗੇ। ਜਾ ਕੇ ਸੌਂ ਲਿਆ, ਹੁਣ ਜਾ ਕੇ ਫੇਰ ਸੌਂ ਜਾਣਾ, ਦੋ ਹੀ ਕੰਮ ਆਪਾਂ ਨੂੰ, ਸੌਂ ਲਿਆ ਅਤੇ ਫਿਰ ਸੌਂ ਗਏ। ਮੈਂ ਖਾ ਰਿਹਾ ਯੋਗਟ, ਇਹ ਚੱਕੀ ਸੀ ਆਪਾਂ ਅੰਟਾਲਿਆ ਦੇ ਏਅਰਪੋਰਟ। ਚਲੋ ਸੀ ਲਓ ਜੀ, ਦਿਸ ਇਜ਼ ਇਸਤਾਨਬੁਲ ਏਅਰਪੋਰਟ। ਲਓ ਜੀ ਇਸਤਾਨਬੁਲ ਦਾ ਏਅਰਪੋਰਟ, ਵਨ ਆਫ ਮਾਈ ਫੇਵਰੇਟ ਏਅਰਪੋਰਟ ਇਨ ਦਾ ਵਰਲਡ। ਸਿੰਗਾਪੁਰ ਏਅਰਪੋਰਟ ਤੋਂ ਬਾਅਦ ਮੈਨੂੰ ਇਹ ਪਸੰਦ ਹੈ। ਫਾਈਨਲੀ